ਉਹ ਮਦੀਨੇ ਦੇ ਤਾਜਦਾਰ ਜਦੋਂ ਦੁਨੀਆ ਦੇ ਤਸ਼ਰੀਫ ਲੈ ਆਏ ਤੁਹਾਡੇ ਵਿੱਚੋਂ ਹਰ ਬੰਦੇ ਨੂੰ ਤਾਰੀਖ ਦਾ ਇਲਮ ਹੈ। ਮੈਂ ਸ਼ੌਕ ਵਾਸਤੇ ਇਹ ਲਫ਼ਜ਼ ਅਰਜ਼ ਕਰ ਰਿਹਾ ਹਾਂ, ਮਦੀਨੇ ਦੇ ਤਾਜਦਾਰ ਦੀ ਵਿਲਾਦਤ ਪਾਕ ਮਾਹੇ ਰਬੀਉਲ ਅਵਲ ਸ਼ਰੀਫ ਦਾ ਮਹੀਨਾ ਬਾਰਹਾਰ ਰਬੀਉਲ ਅਵਲ ਦੀ ਤਾਰੀਖ ਔਰ ਪੀਰ ਦਾ ਦਿਨ ਸੀ, ਸੁਬਹ ਸਵੇਰ ਦਾ ਵਕਤ ਸੀ, ਰਾਤ ਜਾਂਦੀ ਪਈ ਸੀ, ਸੁਬਹ ਸਵੇਰ ਵਾਪਸ ਆਉਂਦੀ ਪਈ ਸੀ। ਯਕੀਨਨ ਤੁਸੀਂ ਖੁਸ਼ਕਿਸਮਤ ਹੋ, ਲੋਕ ਕਹਿੰਦੇ ਆਦਮ ਦਾ ਯੌਮ ਮਨਾਉਂਦੇ ਨੇ, ਮਨਾਉਂਦੇ ਰਹੇ, ਅਸੀਂ ਵੀ ਮਨਾਉਂਦੇ ਹਾਂ, ਲੇਕਿਨ ਤੁਸੀਂ ਕਿੰਨਾ ਹਜ਼ੂਰ ਦੇ ਗੁਲਾਮ ਖੁਸ਼ਕਿਸਮਤ ਹੋ, ਹਜ਼ੂਰ ਦੀ ਵਿਲਾਦਤ ਦਾ ਜ਼ਿਕਰ ਛੋੜ ਬੰਦੇ ਆਏ ਬੈਠੇ ਹੋ। ਸੁਭਾਨ ਅੱਲਾਹ, ਮੈਂ ਬੜੀ ਤਫਸੀਲ ਨਾਲ ਚੰਦ ਲਫ਼ਜ਼ ਅਰਜ਼ ਕਰਾਂਗਾ, ਤੇਰਾ ਇਮਾਨ ਤਾਜ਼ਾ ਹੋਏਗਾ, ਇੱਕ ਮਰਤਬਾ ਫਿਰ ਛੋੜੋ, ਕਿਉਂਕਿ ਬੱਚੇ ਬੈਠੇ ਨੇ, ਨੌਜਵਾਨ ਬਜ਼ੁਰਗ ਬੈਠੇ, ਮਾਹੇ ਰਬੀਉਲ ਅਵਲ ਸ਼ਰੀਫ ਦਾ ਮਹੀਨਾ ਬਾਰਹਾਲ ਰਬੀਉਲ ਅਵਲ ਦੀ ਤਾਰੀਖ ਪੀਰ ਦਾ ਦਿਨ ਸੁਬਹ ਸਵੇਰ ਦਾ ਵਕਤ ਰਾਤ ਜਾਂਦੀ ਪਈ ਸੀ, ਸੁਬਹ ਸਵੇਰ ਵਾਪਸ ਆਉਂਦੀ ਪਈ ਸੀ। ਸੁਭਾਨ ਅੱਲਾਹ, ਸੁਭਾਨ ਅੱਲਾਹ, ਨਾਰਾਏ ਤਕਬੀਰ, ਅੱਲਾਹੁ ਅਕਬਰ, ਨਾਰਾਏ ਰਿਸਾਲਾ, ਯਾ ਰਸੂਲ ਅੱਲਾਹ, ਨਾਰਾਏ ਹੈਦਰੀ, ਯਾ ਰਸੂਲ। ਸੁਭਾਨ ਅੱਲਾਹ, ਹਰ ਬੰਦਾ ਸੰਜੀਦਾ ਹੋ ਕੇ ਸੁਣ ਰਿਹਾ, ਤੁਸੀਂ ਐਵੇਂ ਸੰਜੀਦਗੀ ਦਾ ਇਜ਼ਹਾਰ ਕਰੋ ਤੇ ਮੈਂ ਜਲਦੀ ਜਲਦੀ ਆਪਣੇ ਸਬਕ ਨੂੰ ਅੱਗੇ ਚਲਾਵਾਂ। ਜਦੋਂ ਮਦੀਨੇ ਦੇ ਤਾਜਦਾਰ ਦਾ ਮਿਲਾਦ ਹੋਇਆ, ਮੇਰੇ ਹਜ਼ੂਰ ਦੇ ਦਾਦਾ ਜਾਨ جناب حضرت عبد المطلب آپ فرماتے ہیں جب میرے پوتے محمد کی ولادت ہوئی صبح سویر کے وقت اس ویلے میں کعبے بیت اللہ دا طواف کر رہا ہوں۔ سبحان اللہ، سبحان اللہ، آنکھو محبت رہا، سبحان اللہ، سبحان اللہ۔ ਬੜੇ ਖੂਬਸੂਰਤ ਲਫ਼ਜ਼ ਮੈਂ ਅਦਾ ਕਰ ਰਿਹਾ, ਇਨਸ਼ਾਅੱਲਾ ਸੁਰ ਲਾਣੀ ਤੁਹਾਡਾ ਹੁਕਮ ਸੀ, ਇਨਸ਼ਾਅੱਲਾ ਸੁਰ ਇੰਨਾ ਹੈ ਕਿ ਇਨਸ਼ਾਅੱਲਾ ਜਿੰਨਾ ਸੁਣੋਗੇ ਮੈਂ ਉਹਨਾਂ ਸੁਰ ਸੁਣਾਵਾਂਗਾ। ਸੁਭਾਨ ਅੱਲਾਹ, ਅੱਲਾਹ ਪਾਕ ਨੇ ਬੜਾ ਨਵਾਜ਼ੀ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਤੁਸੀਂ ਮੇਰੇ ਵੱਲ ਧਿਆਨ ਕਰੋ। ਜਨਾਬ ਹਜ਼ਰਤ ਅਬੂ ਮੁਤਲਬ ਫਰਮਾਨਨ ਜਦੋਂ ਮੇਰੇ ਪੋਤੇ ਮੁਹੰਮਦ ਦੀ ਵਿਲਾਦਤ ਹੋਈ, ਮੈਂ ਉਸ ਵਕਤ ਕਾਬੇ ਬੈਤੁੱਲਾ ਦਾ ਕੀ ਕਰ ਰਿਹਾ ਸੀ। ਵਾਹ ਕਰ ਰਿਹਾ ਸੀ, ਸਾਰੇ ਬੋਲੋ ਬਈ, ਕਾਬੇ ਬੈਤੁੱਲਾ ਦਾ ਵਾਹ ਕਰ ਰਿਹਾ ਸੀ। ਅੱਲਾਹ ਦੀ ਇੱਜ਼ਤ ਦੀ ਕਸਮ, ਤੇਰਾ ਦਿਲ ਕਰੇ ਤਾਂ ਕੜਪੜਦੇ ਨੇ, ਕਿਉਂਕਿ ਹਜ਼ੂਰ ਦਾ ਗੁਲਾਮ ਹੈ। ਜਨਾਬ ਤੇ ਹਜ਼ਰਤ ਅਬਦੁਲ ਮੁਤੱਲਿਬ ਫਰਮਾਉਂਦੇ ਨੇ, ਮੈਂ ਕਾਬੇ ਬੈਤੁੱਲਾ ਦਾ ਤਵਾਫ ਕਰ ਰਿਹਾ ਸੀ, ਮੈਂ ਵੇਖਦਾ ਕੀ ਆ ਕਿ ਅੱਜ ਰੱਬ ਦਾ ਘਰ ਕਾਬਾ ਬੈਤੁੱਲਾ ਮੇਰੀ ਹਵੇਲੀ ਮਾਇਆ ਛੁਪਦਾ ਸੀ। ਸੁਭਾਨ ਅੱਲਾਹ, ਸੁਭਾਨ ਅੱਲਾਹ, ਮੁਹਤਰਮ ਹਜ਼ਰਤ ਤਵੱਜੋ ਕਰਨਾ ਯਾਰ, ਸੁਭਾਨ ਅੱਲਾਹ, ਕਿਸੇ ਬੰਦੇ ਦੇ ਅੱਗੇ ਸੁਭਾਨ ਅੱਲਾਹ ਕੋਈ ਐਮਪੀਏ ਝੁਕ ਜਾਏ ਤੇ ਬੰਦੇ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ, ਕਿਸ ਬੰਦੇ ਦੇ ਅੱਗੇ ਐਮਐਲਏ ਝੁਕ ਜਾਏ ਬੰਦੇ ਉਹਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ, ਯਾਰੋ ਕਿਸ ਬੰਦੇ ਨੂੰ ਸੁਭਾਨ ਅੱਲਾਹ, ਸਲਾਮਤ ਰਹੋ ਜੀ, ਸੁਭਾਨ ਅੱਲਾਹ, ਤੁਸੀਂ ਜਾ ਕੇ ਸੁਣ ਰਹੇ ਹੋ, ਅੱਗੇ ਜੁਮਲੇ ਸੁਣੋ, ਅੱਲਾਹ ਦੀ ਇੱਜ਼ਤ ਦੀ ਕਸਮ, ਤੇਰਾ ਦਿਲ ਆਖੇਗਾ ਮੈਂ ਚਿਸ਼ਤੀ ਦੇ ਲਫ਼ਜ਼ਾਂ ਦਾ ਉੱਠ ਕੇ ਇਸਤਕਬਾਲ ਕਰਾਂ, ਪਰ ਅੱਲਾਹ ਵਾਸਤੇ ਨਜ਼ਰ ਨਾ ਹਟਾ, ਮੈਂ ਨਜ਼ਰ ਮੇਰੀ ਤਰਫ ਜਮਾਵੀ। ਜਨਾਬ ਹਜ਼ਰਤ ਅਬਦੁਲ ਮੁਤੱਲਿਬ ਫਰਮਾਨੇ, ਕਾਬਾ ਬੈਤੁੱਲਾ ਮੇਰੀ ਹਵੇਲੀ ਵੱਲ ਝੁਕਦਾ ਸੀ। ਸੁਭਾਨ ਅੱਲਾਹ, ਤੁਸੀਂ ਮੇਰੇ ਨਾਲ ਥੋੜਾ ਥੋੜਾ ਬੋਲਦੇ ਜਾਓਗੇ ਨਾ, ਮੇਰੀ ਹੌਸਲਾ ਅਫਜ਼ਾਈ ਹੁੰਦੀ ਜਾਏਗੀ।
ਸੁਭਾਨ ਅੱਲਾ ਕਿ ਜਿਹੜਾ ਕੁਝ ਤੁਹਾਨੂੰ ਮੈਂ ਸੁਣਾ ਰਿਹਾ ਉਹ ਮੈਨੂੰ ਯਾਦ ਹੈ ਤੁਹਾਡੇ ਕੋਲ ਬੁਲਵਾਉਂਦਾ ਤਾਂ ਹਾਂ ਕਿ ਜਿਹੜੀ ਗੱਲ ਤੇ ਬੰਦਾ ਬੋਲ ਪੈਂਦਾ ਉਹ ਗੱਲ ਪੱਕੀ ਯਾਦ ਹੋ ਜਾਂਦੀ ਹੈ ਸੁਭਾਨ ਅੱਲਾ ਹਜ਼ਰਤ ਤਵੱਜੋ ਜਨਾਬ ਅਬਦੁਲ ਮੁਤਲਬ ਫਰਮਾਨੇ ਕਾਬਾ ਬੈਤੁਲਲਾ ਮੇਰੀ ਹਵੇਲੀ ਵੱਲ ਪਿਆ ਝੁਕਦਾ ਪਿਆ ਸੁਭਾਨ ਅੱਲਾ ਹੁਣ ਇੱਥੇ ਸਵਾਲ ਤੇ ਬਣਦਾ ਹੈ ਨਾ ਮੁਹਤਰਮ ਸਰ ਇੱਥੇ ਸਵਾਲ ਤੇ ਬਣਦਾ ਹੈ ਜਨਾਬ ਹਜ਼ਰਤ ਅਬਦੁਲ ਮੁਤਲਬ ਕਾਬੇ ਬੈਤੁਲਲਾ ਵੱਲ ਵੇਖ ਕੇ ਕਾਬੇ ਬੈਤੁਲਲਾ ਦਾ ਮੁਹਤਮਮ ਸੀ ਮੁਤਵੱਲੀ ਸੀ ਕਾਬੇ ਬੈਤੁਲਲਾ ਨੂੰ ਵੇਖ ਕੇ ਫਰਮਾਉਂਦੇ ਕਿ ਐ ਕਾਬਾ ਤੈਨੂੰ ਜਨਾਬ ਹਜ਼ਰਤ ਇਬਰਾਹੀਮ ਤੇਰੇ ਅੱਗੇ ਝੁਕਦੇ ਨੇ ਐ ਕਾਬਾ ਜਨਾਬ ਹਜ਼ਰਤ ਇਸਮਾਇਲ ਜ਼ਬੀਹੁੱਲਾ ਤੇਰੇ ਅੱਗੇ ਝੁਕਦਾ ਰਿਹਾ ਐ ਕਾਬਾ ਤਮਾਮ ਅੰਬੀਆ ਤੇਰੇ ਅੱਗੇ ਝੁਕਦੇ ਨੇ ਐ ਕਾਬਾ ਬੜੇ ਬੜੇ ਬਾਦਸ਼ਾਹ ਤੇਰੇ ਅੱਗੇ ਝੁਕਦੇ ਨੇ ਬੜੇ ਬੜੇ ਵਜ਼ੀਰ ਸੁਭਾਨ ਅੱਲਾ ਕਿਆ ਹੀ ਬਾਤ ਹੈ ਮੈਂ ਕਰ ਰਿਹਾ ਜੀ ਅੱਜ ਦੀ ਹਜ਼ੂਰ ਦੀ ਮਹਿਫਿਲ ਸੁਭਾਨ ਅੱਲਾ ਸਹੀ ਹੈ ਨਾ ਮੈਨੂੰ ਪਤਾ ਕੋਈ ਈਸਾ ਦੇ ਸਵਾਬ ਦੀ ਮਹਿਫਿਲ ਨਹੀਂ ਤੇ ਮੈਂ ਮੌਜੂ ਉਹ ਨਹੀਂ ਛੱਡਦਾ ਸੁਭਾਨ ਅੱਲਾ ਸੁਭਾਨ ਅੱਲਾ ਅਗਰ ਹੁਸਨ ਕਿਰਾਤ ਜਾਂ ਕੁਰਾਨ ਦੀ ਅਜ਼ਮਤ ਦਾ ਜਲਸਾ ਹੁੰਦਾ ਮੌਜੂ ਉਹ ਨਹੀਂ ਛੱਡਦਾ ਇਹ ਹਜ਼ੂਰ ਦੀ ਮਹਿਫਿਲ ਮਿਲਾਦ ਹੈ ਯਾਨੀ ਕਿ ਮੁਹੰਮਦ ਅਰਬੀ ਦਾ ਮਿਲਾਦ ਬਿਆਨ ਕਰਨਾ ਸੁਭਾਨ ਅੱਲਾ ਸੁਭਾਨ ਅੱਲਾ ਯਾ ਸੁਭਾਨ ਅੱਲਾ ਸੁਭਾਨ ਅੱਲਾ ਹਜ਼ਰਤ ਤਵੱਜੋ ਅਗਲਾ ਜਿਹੜਾ ਲਫ਼ਜ਼ ਹੈ ਨਾ ਚਿਸ਼ਤੀ ਦਾ ਸੁਣੇਗਾ ਅੱਲਾ ਦੀ ਇੱਜ਼ਤ ਦੀ ਕਸਮ ਅਗਰ ਇਮਾਨ ਦੀ ਤਾਕਤ ਨਾਲ ਸੁਣਿਆ ਸੁਭਾਨ ਅੱਲਾ ਪੂਰਾ ਸਾਲ ਇਹ ਚਿਸ਼ਤੀ ਦਾ ਲਫ਼ਜ਼ ਭੁੱਲੇਗਾ ਨਹੀਂ ਸੁਭਾਨ ਅੱਲਾ ਮੈਂ ਇਸ ਮਹਿਫਿਲ ਦੀ ਜਾਨ ਇਹ ਜੁਮਲਾ ਅਰਜ਼ ਕਰ ਰਿਹਾ ਹਜ਼ਰਤ ਤਵੱਜੋ ਮੇਰੇ ਵੱਲ ਜਦੋਂ ਕਾਬੇ ਬੈਤੁਲਲਾ ਨੂੰ ਅਬਦੁਲ ਮੁਤਲਬ ਨੇ ਸਲਾਮ ਕੀਤਾ ਆਏ ਕਾਬਾ ਸਾਰੇ ਤੈਨੂੰ ਝੁਕਦੇ ਸੁਭਾਨ ਅੱਲਾ ਅੱਲਾ ਦੀ ਇੱਜ਼ਤ ਦੀ ਕਸਮ ਸਿਰ ਜ਼ਰਾ ਦਿਲ ਦੇ ਹੱਥ ਰੱਖੇ ਕਾਬੇ ਬੈਤੁਲਲਾ ਨੇ ਜਨਾਬ ਹਜ਼ਰਤ ਅਬਦੁਲ ਮੁਤਲਬ ਨੂੰ ਜਵਾਬ ਦਿੱਤਾ ਮੈਂ ਚਿਸ਼ਤੀ ਦਾ ਜਿਹੜਾ ਵਜਦਾਨ ਕਹਿੰਦਾ ਹੈ ਇਹ ਕਾਬੇ ਬੈਤੁਲਲਾ ਨੇ ਆਖਿਆ ਹੋਏਗਾ ਆਏ ਅਬਦੁਲ ਮੁਤਲਬ ਤੂੰ ਅੱਜ ਮੇਰੇ ਕਦੋਂ ਪੁੱਛਦਾ ਹੈ ਕਿ ਮੈਂ ਕਿਹਦੇ ਅੱਗੇ ਝੁਕਦਾ ਆਏ ਅਬਦੁਲ ਮੁਤਲਬ ਕਿਆ ਤੈਨੂੰ ਨਹੀਂ ਪਤਾ ਸੁਭਾਨ ਅੱਲਾ ਅੱਲਾਹੁ ਅਕਬਰ ਕਬੀਰਾ ਅੱਲਾਹੁ ਅਕਬਰ ਕਬੀਰਾ ਮੁਹਤਰਮ ਹਜ਼ਰਤ ਜ਼ਰਾ ਤਵੱਜੋ ਕਰੋ ਕਾਬਾ ਬੈਤੁਲਲਾ ਮੇਰਾ ਵਜਦਾਨ ਕਹਿੰਦਾ ਕਹਿੰਦਾ ਪਿਆ ਹੋਏਗਾ ਆਏ ਅਬਦੁਲ ਮੁਤਲਬ ਅੱਜ ਮੈਂ ਉਹਨੂੰ ਪਿਆ ਝੁਕਦਾ ਜਿਹੜਾ ਦੁਨੀਆ ਵਿੱਚ ਕਾਬੇ ਦਾ ਵੀ ਕਾਬਾ ਆ ਗਿਆ ਇਸੇ ਵਾਸਤੇ ਮੇਰੀ ਜ਼ੈਨਬ ਦੀ ਦੁਨੀਆ ਦੇ ਇਮਾਮ ਇਮਾਮ ਆਲਾ ਹਜ਼ਰਤ ਅਸ਼ਾ ਅਹਿਮਦ ਰਜ਼ਾ ਖਾਨ ਫਾਜ਼ਿਲ ਬਰੇਲਵੀ ਦੀ ਰੂਹ ਵਜ ਦੇ ਅੰਦਰ ਆਈ ਆਪ ਫਰਮਾਉਂਦੇ ਨੇ ਓ ਹਾਜੀਓ ਸੁਭਾਨ ਅੱਲਾਹ ਸੁਭਾਨ ਅੱਲਾਹ ਹਜ਼ਰਤ ਜਰਾ ਤਵੱਜੋ ਕਰੋ
امام الانبیاء دی ولادت دے اوتے ایتھے میں جنہ تبصرہ کرا میں تبصرہ کر سکدا ہوں لیکن تیرو ایک موضوع سمجھانا ہے میں جلدی جلدی موضوع دی ابتدا کر رہا ہوں جناب امام الانبیاء صلی اللہ علیہ وسلم دی والدہ ماجدہ جناب حضرت اما آمنہ فرما دیا نے جدو تک میرے محمد دا نور مبارک میرے شکم اطہر وچ نہیں سی آیا فرمایا او تو آمنہ دی کیفیت کوئی ہور ہوندی سی او تو آمنہ دی کوئی ہور ہوندی سی او تو آمنہ دا انداز کچھ ہور ہوندا سی فرمایا جدو دا میرے محمد دا نور مبارک میرے شکم اطہر دے اندر آیا فرمایا انداز بدل گیا پھر آمنہ کی شان دا انداز ہور ہو گیا اور اللہ واسطے ذرا میرے ول ویکھی اے اما آمنہ پھر تیرا انداز کی ہو گیا صرف تیری شان تے مقام کی ہو گیا اما آمنہ فرماتی ہے جدو دا میرے لال محمد نے میرے شکم اطہر دے اندر ڈیرا لائے لوگو سنو سنو اما آمنہ فرماتی ہے جدو میں گھر تو بہر کم دی خرج نال نکل دی سی میں ویخ دی گیا اسمان دے اوتے ایک بادل دا ٹکڑا میرے سر تے آو کے سایہ کر لیتا سی ایہی توانو پتہ ہے مکے دے اندر گرمی بھی بڑی شدت دی ہوتی ہے مکے دے اندر دھوپ بھی بڑی شدت دی ہوتی ہے جناب حضرت اما آمنہ فرما دیا نے میں جتنا دیر کم کی غرض نال بہر رہتی سی اسمان دا بادل دا ٹکڑا میرے سر دے اوتے سایہ کر کے رکھدا سی تے اس اسمان دے بادل دے ٹکڑے وچوں آواز آتی سی اے آمنا میں تیری عزت تا پیا کردا کیونکہ تو محمد دی ماں بدل والی ہے سبحان اللہ سبحان اللہ سبحان اللہ اللہ واسطے کوئی لفظ قضا نہ ہو جان کوئی لفظ قضا نہ ہو جان اے یاد رکھو نماز دی قضا ہے ان لفظاں دی قضا کوئی نہیں کوئی لفظ بے غوری دے اندر نہ چلیا جائے ذرا میرے بل دھیان کرنا اے اسمان دا بادل دا ٹکڑا کہہ دے اے آمنہ میں عزت تے احترام تا پیا کرنا تینوں چھپ کرو تا پیا بچانا کیونکہ تو محمد دی ماں بنن والی ہے جناب حضرت اما آمنہ فرما دیا نے پھر جس کلی دے وچوں میرا گزر ہو جاندا سی جس پہاڑ دے نالوں گزر ہو جاندا سی اس کلی دے اندر جڑے درخت ہوندے سی جس پہاڑ دے نالوں گزرتی سی پہاڑ دے اندر درخت ہوندے سی وہ درخت بھی چھک کے سجدہ کرتے سی اللہ واسطے لفظ قضا نہ ہو جائے میں کوئی لفظ ہوا کے اندر نہیں پڑھ رہا میں دلیل نال عرض کر رہا کتاب کے وچ پڑھ رہا اے اسم اے پہاڑ دے اندر جڑے درخت نے چھپ کے سجدہ پہ کر دے نے جناب بے حضرت اما آمنہ فرما دیا نے جس پہاڑ دے نال میرا گزر ہو جاندا سی او پہاڑ بھی چھپ کے سلام کرنا سی کہ پہاڑ اج کہندا سی درخت بھی اج کہندے سی السلام والسلام علیک یا سبحان اللہ جنو آندا ہوئے کجوسی نہ کرو پر چھو برکت نصیب ہو جائے گی السلام والسلام علیک یا رسول اللہ اللہ واسطے ذرا دھیان میری طرف کری باہر سے بھی جلدی جلدی موضوع دا آغاز کر دیتے تاکہ موضوع دی سمجھ آ جائے نا لو جناب اے پہاڑ بھی چھک کے سلام کر دین اے درخت بھی چھک کے سلام کر دین اللہ دی عزت کی قسم میں چشتی دا جڑا بجدا کہندا اے پہاڑ تے درخت کہندے ہون گے اے آمنا اسی تینوں سلام تا پہ کر دیا کیونکہ تو محمد دی ماں بنن والی ہے سبحان اللہ سبحان اللہ سبحان اللہ
سبحان اللہ سبحان اللہ قرآن پڑھاں گا ایمان تازہ ہوئے گا ذرا میرے وال دھیان کریں بڑی خوبصورت موضوع میں جناب کی خدمت دے اندر عرض کر رہا ہوں کیونکہ میں تھوڑے مزاج تو واقف ہوں اگر کوئی اور موضوع چھیڑ دینا پھر شام نو جب چار روپیہ تے بیٹھنا سی پھر کبشرہ کرنا سی جی میں پھر میلاد سی چشتی صاحب نے حضور کی ملادت دیتے کوئی گل ہی نہ سنی میں سارا حضور کا میلاد پیا پڑھدا جناب پہ حضرت اما آمنہ عرض کر دیا نے آئے عبدال مطلب اے تیری گلی کے اندر خوشبو آتے ہلے کئی کئی دن لوگ محسوس کر دیں اے بازار کے اندر جڑی خوشبو لوگ محسوس کر دیں آئے عبدال مطلب میں اللہ کی عزت کی قسم ہے کیا ہی بات ہے سبحان اللہ میں آکھنا پوے گا یارو دو جہاں کے والی کا سبحان اللہ گل دی سمجھ آ رہی ہے کیا سبحان اللہ کہ اس سے بڑا کوئی ذکر نہیں اللہ دی عزت دی قسم محترم مہر برادران میرے وال دھیان کرنا اللہ رب العالمین نے جناب حضرت آدم تو جناب حضرت عیسیٰ تک اور جناب حضرت عیسیٰ تو لے کے سمجھ یار